प्राइम रिकॉर्डिंग वीडियो टूडे चैनल से तुहाडा स्वागत करते हाँ। मैं राजा धालीवाल, जिवें कि आपां नूं पता ही है कि सौण दा महीना, अजकल तीआं लगदियां हर पिंड शहर दे विच तीआं लगाईआं जांदियां। उस तरीके दे नाल बाबा रोडू शाह सीनियर पब्लिक स्कूल मलियां वाला इत्थे भी अज तैयारी की गई है तीआं दे प्रोग्राम की। सो आओ तुहानूं दिखाउंदे हाँ बच्चे बच्चियां ने किदां तैयारी की है, सो की फंक्शन ने। ਸਾਰੇ ਪ੍ਰਿੰਸੀਪਲ ਸਰ, ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਛੁੱਟੀਆਂ ਦਾ ਤਿਉਹਾਰ ਮਨਾਉਣ ਜਾ ਰਹੀ ਹਾਂ, ਤਾਂ ਮੈਂ ਤੁਹਾਨੂੰ ਤੀਆਂ ਦੇ ਤਿਉਹਾਰ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਦੀ ਹਾਂ। ਤੀਆਂ ਪੰਜਾਬ ਦੀ ਮਹਿਲਾ ਵਿੱਚ ਦਾ ਤਿਉਹਾਰ ਹੈ। ਸਮਾਰੋਹ ਦੌਰਾਨ ਕਿਲੇ ਨੂੰ ਸਭ ਤੋਂ ਵਧੀਆ ਢੰਗ ਨਾਲ ਵੇਖਿਆ ਜਾ ਸਕਦਾ ਹੈ। ਸਾਵਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਰਮੀਆਂ ਦੇ ਦਿਨ ਜ਼ਿਆਦਾ ਲੰਬੇ ਅਤੇ ਗਰਮ ਹੁੰਦੇ ਹਨ। ਨੱਚਣਾ ਆਮ ਤੌਰ 'ਤੇ ਕੋਈ ਦਰਿਆ ਦੇ ਕੰਢੇ ਜਾਂ ਵੱਡੇ ਦਰੱਖਤਾਂ ਦੇ ਹੇਠਾਂ ਟੋਭੇ 'ਤੇ ਹੁੰਦਾ ਹੈ। ਸ਼ਾਖਾਵਾਂ ਦੇ ਉੱਪਰ ਸੁੱਤੀਆਂ ਜਾਂਦੀਆਂ ਹਨ ਅਤੇ ਗਾਵਾਂ ਗਾਣਾ ਸਟ੍ਰੀਮ ਅਤੇ ਡਾਂਸਿੰਗ ਧੁਨਾਂ ਨੂੰ ਸ਼ੁਰੂ ਹੁੰਦੀ ਹੈ, ਜੋ ਹਵਾ ਨੂੰ ਭਰਦੀਆਂ ਹਨ। ਇਸ ਦਿਨ ਜਦੋਂ ਵਿਆਹੁਤਾ ਕੁੜੀਆਂ ਆਪਣੇ ਪਰਿਵਾਰ ਦੇ ਘਰ ਆਉਂਦੀਆਂ ਹਨ, ਤਾਂ ਉਹਨਾਂ ਦੇ ਭਰਾ ਆਪਣੇ ਪਰਿਵਾਰ ਨੂੰ ਪੁਰਾਣੀਆਂ ਤਬਦੀਲੀਆਂ ਦੀ ਪ੍ਰਾਪਤ ਕਰਦੇ ਹਨ ਜਾਂ ਉਹਨਾਂ ਲਈ ਨਵੇਂ ਹੋ ਜਾਂਦੇ ਹਨ। ਜਦੋਂ ਉਹ ਸਟ੍ਰੀਮ ਕਰਦੇ ਹਨ ਤਾਂ ਉਹ ਆਪਣੀਆਂ ਸੁਚਿਤਾਵਾਂ ਨੂੰ ਗਾਣਿਆਂ ਰਾਹੀਂ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ। ਆਪਣੇ ਸਭ ਤੋਂ ਵਧੀਆ ਕੱਪੜੇ ਪਾ ਕੇ ਅਤੇ ਗਹਿਣਿਆਂ ਨਾਲ ਸਜਾਏ ਹੋਏ ਕੁੜੀਆਂ ਇਹਨਾਂ ਤਿਉਹਾਰਾਂ ਦੇ ਦੌਰਾਨ ਇਕੱਠੀਆਂ ਕਰਦੇ ਹਨ ਅਤੇ ਫ੍ਰੀਜ਼ੀਆ ਵਾਂਗ ਨਿਕਲਦੇ ਹਨ। ਇਹ ਨੱਚਣ ਵਾਲੇ ਰੰਗ ਅਤੇ ਸੁੰਦਰਤਾ ਦਾ ਆਚਾਰ ਵਿਖਾਈ ਦਿੰਦੇ ਹਨ। ਇਹ ਤਿਉਹਾਰ ਮਹੀਨੇ ਦੇ ਤੀਜੇ ਚੰਦਰਿਆਂ ਦੇ ਦਿਨ ਪੂਰੇ ਚੰਦਰਮਾ ਤੱਕ ਜਾਰੀ ਰਹਿੰਦਾ ਹੈ ਅਤੇ ਆਖਰੀ ਦਿਨ ਪੂਰੇ ਉਸਤਵ ਨਾਲ ਮਨਾਇਆ ਜਾਂਦਾ ਹੈ। ਧੰਨਵਾਦ। ਕਈ ਕੁੜੀਆਂ ਨੇ ਰਾਇਆ ਪਰ ਰੋਲੀਆਂ ਨੇ ਰਾਣੇ ਅਸੀਂ ਇੱਕ
ठीक है जी। ਅੱਗੇ ਨੂੰ ਆ ਜਾਓ ਨਾਲ ਨੂੰ ਹੋ ਜਾ ਕਰੋ ਠੀਕ ਹੈ ਜੀ ਬਾ ਠੀਕ ਹੈ ਜੀ ठीक है।
कि अज बाबा रोडी शाह पब्लिक सीनियर सैकेंडरी मलियां विखे तियां का त्यौहार मनाया गया। जो आपको पता है कि सावन के महीने तियां का त्यौहार मनाया जाता लड़कियों का बड़ा महत्वपूर्ण त्यौहार आ। अज स्कूल दे विच हर साल की तरह त्यौहार मनाया गया जिसे लड़कियां ने बढ़ चढ़ के हिस्सा लिया, स्कूल के स्टाफ ने बढ़ चढ़ के हिस्सा लिया, बड़ा वधिया प्रोग्राम किया गया, सारे बच्चों ने वधिया परफॉर्मेंस दी। जिहड़े बच्चे फर्स्ट सैकंड थर्ड आए उन्होंने असीं इनाम भी दित्ते, सम्मान किया गया। तो असीं आस करते हैं कि आने वाले समय में भी तो वधिया प्रोग्राम कराए जाएंगे, ये स्कूल के पढ़ाई के नाल नाल ये एक्टिविटी कराया जाया करेगी ताकि बच्चों की हर पक्ष तो विकास किया जा सके। धन्यवाद।